ਉਨੇ ਡਾਊਨਲੋਡ ਕਰੋ ਨੰਬਰ 1 ਨਿਊਜ਼ ਐਪ ਡੇਨ ਇਨਫੋਰਾ ਟਾਈਮਸ ਕੋਵਿਡ 19 ਦੀ ਜਿਹੜੀ ਦੂਜੀ ਲਹਿਰ ਆ ਉਸ ਤੋਂ ਬਾਅਦ ਹੁਣ ਲੋਕਡਾਊਨ ਲੱਗਿਆ ਸੀ ਲੋਕਡਾਊਨ ਤੋਂ ਬਾਅਦ ਹੁਣ ਜਿਹੜਾ ਲੋਕਡਾਊਨ ਖਤਮ ਹੋ ਗਿਆ ਤੇ ਉਸ ਤੋਂ ਬਾਅਦ ਖੁੱਲਣਾ ਸ਼ੁਰੂ ਹੋ ਗਿਆ ਸਰਕਾਰ ਨੇ ਕਾਫੀ ਕੁਝ ਖੋਲ ਦਿੱਤੇ ਦੁਕਾਨਾਂ ਖੋਲ ਦਿੱਤੀਆਂ ਜਿਮ ਖੋਲ ਦਿੱਤੇ ਔਰ ਜਿਹੜੇ সুইমিং ਪੂਲ ਹੈ ਹਾਲਾਂਕਿ সুইমিং ਪੂਲ ਔਰ ਆਇਲੈਟਸ ਜਿਹੜੇ ਕੋਚਿੰਗ ਸੈਂਟਰ ਆ ਉਹ ਬੰਦ ਆ ਆਇਲੈਟਸ ਕੋਚਿੰਗ ਸੈਂਟਰ ਦੇ ਜਿਹੜੇ ਓਨਰਸ ਆ ਉਹ ਅੱਜ ਰਾਣਾ ਸੋਢੀ ਜੋ ਕਿ ਪੰਜਾਬ ਦੇ ਐਨਆਰਆਈ ਮਨਿਸਟਰ ਆ ਉਹਨਾਂ ਨੂੰ ਮਿਲਣ ਆਏ ਸੀਗੇ ਤੇ ਅਸੀਂ ਇਹਨਾਂ ਨਾਲ ਗੱਲਬਾਤ ਕਰਦੇ ਆਂ ਵੀ ਕੀ ਦਿੱਕਤ ਸੀਗੀ ਕੀ ਗੱਲਬਾਤ ਕੀਤੀ ਤੇ ਅੱਗਿਓ ਕੀ ਆਸ਼ਵਾਸ਼ਣ ਮਿਲਿਆ ਮਤਲਬ ਕੀ ਤੁਸੀਂ ਆਪਣਾ ਕੀ ਪੁਆਇੰਟ ਆਫ View ਰੱਖਿਆ ऐसे अपना ये पॉइंट रखा हैगा कैन आई स्पीक इन हिंदी कि हमारी जो है इंस्टीट्यूट्स खोल दिए जाएं बिकॉज पिछले डेढ़ साल के अंदर बड़ी मुश्किल से तीन चार महीने भी नहीं खुले हैं अगर हर एक चीज़ असेंशियल में आती है तो हमारा बिज़नेस भी असेंशियल में आता है और सबसे बड़ी बात है कि आई डी पी बुरश काउंसिल सबके एग्ज़ाम शुरू हो चुके हैं बच्चों ने तैयारी करनी है कोई सिलेबस है नहीं है कि ऑनलाइन पढ़ा दिया जाए एन सी आर टी की कोई किताब तो है नहीं है कि हम उसको रेगुलर पढ़ा सकते हैं स्किल बेस्ड एग्ज़ामिनेशन है तो स्टूडेंट्स का क्लासेज में आके वन टू वन और इन पर्सन पढ़ना बहुत ज़रूरी है साथ में फ़ॉरन कंट्री ज में सभी यूनिवर्सिटी कॉलेज़ में एडमिशन शुरू हो चुके हैं तो बच्चों का ऑलरेडी डेढ़ साल खराब हो चुका है और आगे भी टाइम खराब नहीं होना चाहिए तो जब एग्ज़ाम कंडक्ट कराए जा सकते हैं तो कोचिंग सेंटर भी कोचिंग के लिए खोले जा सकते हैं और जब ऑलमोस्ट सभी चीज़ें खुल चुकी हैं फिफ्टी कैपेसिटी पे तो वी कैन ऑल्सो स्टार्ट एंड वी कैन स्टार्ट ऑल्सो विद प्रिकॉशनस इन एवरीथिंग ਜਿਹੜੇ ਸਕੂਲ ਕਾਲਜ ਆ ਉਹ ਹਾਲੇ ਨਹੀਂ ਖੁੱਲੇ ਆ ਤੇ ਫਿਰ ਕਿੱਦਾਂ ਮੈਂ ਕੋਚਿੰਗ ਸੈਂਟਰ ਤੁਸੀਂ ਗੱਲ ਕਰ ਰਹੇ ਹੋ ਵੀ ਆਨਲਾਈਨ ਪੋਸੀਬਲ ਨਹੀਂ ਹੈ ਤੇ ਬੱਚਿਆਂ ਨੂੰ ਆਣਾ ਪਏਗਾ ਤੇ ਫਿਰ ਕਿੱਦਾਂ ਸੰਭਵ ਹੋਏਗਾ ਐਕਚੁਅਲੀ ਜਿੱਦਾਂ ਮੈਡਮ ਨੇ ਕਿਹਾ ਨਾ ਕੋਚਿੰਗ ਸੈਂਟਰ ਆ ਆਇਲੈਟਸ ਦੀ ਜਿਹੜੀ ਪੜ੍ਹਾਈ ਹੈਗੀ ਇਹਦੇ ਵਿੱਚ ਬੜਾ ਡਿਫਰੈਂਸ ਹੈ ਕੋਚਿੰਗ ਸੈਂਟਰਸ ਸਾਲ-ਸਾਲ ਚੱਲਦੇ ਨੇ ਉੱਥੇ ਛੋਟੇ ਬੱਚੇ ਆਉਂਦੇ ਨੇ ਆਇਲੈਟ ਸੈਂਟਰ ਜਿਹੜਾ ਹੈਗਾ ਉਹ ਇੱਕ ਸਕਿੱਲ ਬੇਸਡ ਤੁਹਾਡੀ ਇੰਗਲਿਸ਼ ਲੈਂਗੁਏਜ ਦੀ ਸਕਿੱਲ ਨੂੰ ਟੈਸਟ ਕਰਦਾ ਹੈ ਇੰਗਲਿਸ਼ ਲੈਂਗੁਏਜ ਦੇ ਜਿਹੜੇ ਆਈਡੀਪੀ ਐ ਬ੍ਰਿਟਿਸ਼ ਕਾਉਂਸਲ ਨੇ ਇਹਨਾਂ ਨੇ ਟੈਸਟ ਲੈਣੇ ਸ਼ੁਰੂ ਕਰਤੇ ਸਾਡੇ ਕੋਲ ਬੱਚਾ ਆਂਦਾ 1 ਮਹੀਨੇ ਵਾਸਤੇ 1.5 ਮਹੀਨੇ ਵਾਸਤੇ ਇਸ ਤੋਂ ਵੱਧ ਨਹੀਂ ਆਂਦਾ ਜਿਹੜੇ ਬੱਚੇ ਵੀ ਆਂਦੇ ਉਹ ਬੱਚੇ ਨਹੀਂ ਹੁੰਦੇ ਉਹ 17 ਸਾਲ ਤੋਂ ਉੱਤੇ ਹੁੰਦੇ ਨੇ ਤੇ ਕਈ ਤੇ 25-25 ਸਾਲ ਤੱਕ ਦੇ ਆਉਂਦੇ ਨੇ ਉਹ ਰਿਸਪੌਂਸੀਬਲ ਬੰਦੇ ਨੇ ਉਹਨਾਂ ਨੂੰ ਪਤਾ ਹੋਏਗਾ ਕਿ ਕਿੱਦਾਂ ਅਸੀਂ ਸੋਸ਼ਲ ਡਿਸਟੈਂਸਿੰਗ ਰੱਖਣੀ ਐ ਕਿੱਦਾਂ ਕੋਵਿਡ ਦੀਆਂ ਪ੍ਰੀਕਾਸ਼ਨਸ ਰੱਖਣੀਆਂ ਨੇ ਤੇ ਇਸ ਕਰਕੇ ਕੋਚਿੰਗ ਸੈਂਟਰਸ ਦੇ ਨਾਲ ਇਹਨੂੰ ਬਿਲਕੁਲ ਨਹੀਂ ਜੋੜਿਆ ਜਾਣਾ ਚਾਹੀਦਾ ਟੋਟਲ ਕਿੰਨੇ ਕ ਆਈਲਰਟ ਸੈਂਟਰਸ ਹੈਗੇ ਆ ਪੰਜਾਬ ਚ ਜੀਜ਼ਾ ਤੁਸੀਂ ਨੇ ਤਤਪ ਕਰ ਰਹੇ ਹੋ ਤੇ ਅੱਜ ਰਾਣਾ ਸੋਢੀ ਜੀ ਨੂੰ ਮਿਲੇ ਹੋ ਸਾਡੀਆਂ ਡਿਫਰੈਂਟ ਐਸੋਸੀਏਸ਼ਨਸ ਬਣੀਆਂ ਹੋਈਆਂ ਨੇ ਜੀ ਪੰਜਾਬ ਲੈਵਲ ਤੇ ਜੇ ਆਪਾਂ ਸ਼ਹਿਰ ਵਾਈਜ਼ ਗੱਲ ਕਰਾਂ ਤਾਂ ਮੈਂ ਹਰ ਸ਼ਹਿਰ ਦੇ ਵਿੱਚ ਮੈਂ ਕਹੂੰਗਾ 2 ਤੋਂ 250 ਜਿਹੜਾ ਇੰਸਟੀਟਿਊਸ਼ਨ ਹੈਗਾ ਜਿਹੜਾ ਰਨ ਕਰਦਾ ਹੈਗਾ ਔਰ ਟੋਟਲ 5000 ਪਲੱਸ ਪੂਰੇ ਪੰਜਾਬ ਦੇ ਜਿਵੇਂ ਕੱਲੇ ਪੰਜਾਬ ਸਟੇਟ ਪ੍ਰੋਵਿੰਸ ਦੀ ਗੱਲ ਕਰਾਂ ਤਾਂ 5000 ਪਲੱਸ ਇੰਸਟੀਟਿਊਸ਼ਨ ਨੇ ਸਾਰੇ ਬਿਲੇ ਉਠਾਏ ਹੋਏ ਨੇ ਔਰ ਇਹ 5000 ਚ ਕਿੰਨੇ ਇੱਕ ਬੱਚੇ ਮਤਲਬ ਕਿ ਕੋਚਿੰਗ ਲੈਂਦੇ ਨੇ ਆਏ ਸਾਲ ਜਿਹੜਾ ਸਾਡਾ ਇਨਫਰਾਸਟ੍ਰਕਚਰ ਹੈ ਜੀ ਉਹੋ ਕਾਫੀ ਵੱਡੇ ਕਲਾਸਰੂਮਸ ਹੁੰਦੇ ਨੇ ਜਿਹੜਾ ਮੇਨ ਕੰਸਰਨ ਅਸੀਂ ਇੱਥੇ ਐਡਰੈਸ ਲੈ ਕੇ ਆਏ ਸੀ ਮੰਤਰੀ ਸਾਹਿਬ ਕੋਲੇ ਬੇਨਤੀ ਕਰਨ ਆਏ ਸੀ ਵੀ ਜੇ ਜਿਹੜੇ ਸਾਡੇ ਕਲਾਸਰੂਮਸ ਨੇ 50 ਦੀ ਕੈਪੈਸਿਟੀ ਆ 60 ਦੀ ਕੈਪੈਸਿਟੀ ਆ ਤਾਂ ਉਹਦੇ ਚ ਜੇ ਸਾਨੂੰ 50% ਕੈਪੈਸਿਟੀ ਨਾਲ ਫੰਕਸ਼ਨ ਕਰਨ ਦੀ ਪਰਮਿਸ਼ਨ ਦਿੱਤੀ ਜਾਂਦੀ ਹੈ ਅਸੀਂ ਪ੍ਰੋਪਰ ਪ੍ਰੋਟੋਕਾਲਸ ਫਾਲੋ ਕਰਦੇ ਹਾਂ ਸਾਰੀਆਂ ਪ੍ਰੋਪਰ ਕਲਾਸਰੂਮ ਦੇ ਸੈਨੀਟਾਈਜੇਸ਼ਨ ਹੁੰਦੀਆਂ ਨੇ ਔਰ ਸਭ ਤੋਂ ਵੱਡੀ ਗੱਲ ਜਿਹੜੀ ਉਹ ਇਹ ਹੈ ਕਿ ਦੇਖੋ ਪਲੱਸ 2 ਦੇ ਪੇਪਰ ਜਿਹੜੇ ਨੇ ਆਏ ਸੀ ਬੋਰਡ ਨੇ ਉਹਨਾਂ ਨੇ ਕੈਨਸਲ ਕਰਤੇ ਹੋਏ ਨੇ ਹੁਣ ਉਹਨਾਂ ਨੂੰ ਗ੍ਰੇਡਿੰਗ ਦੇ ਬੇਸ ਤੇ ਉਹਨਾਂ ਨੇ ਆ ਜਣਾ ਤਾਂ ਉਹ ਬੱਚਿਆਂ ਦੇ ਵਿੱਚੋਂ ਮੋਸਟਲੀ ਅੱਜਕੱਲ ਜਿਹੜਾ ਯੂਥ ਆ ਉਹ ਆਪਣਾ ਫਿਊਚਰ ਤਾਂ ਇੰਡੀਆ 'ਚ ਦੇਖਦਾ ਹੀ ਨਹੀਂ ਹੈਗਾ ਨੋਬਾਡੀ ਵਾਂਟਸ ਟੂ ਬੀ ਹੇਅਰ ਇਨ ਇੰਡੀਆ રાઈટ ਐਂਡ ਦੈਨ ਜੀਐਸਸੀ ਉਹਨਾਂ ਨੂੰ ਪੇਪਰ ਦੀ ਤਿਆਰੀ ਹੀ ਨਹੀਂ ਕਰਵਾਵਾਂਗੇ ਤਾਂ ਬੱਚਿਆਂ ਦਾ ਬੈਂਡ ਸਕੋਰ ਕਿੱਥੋਂ ਆਣਾ ਤਾਂ ਸਿੱਧੇ ਤੌਰ ਤੇ ਜਿਹੜੇ ਉਹ ਬੱਚੇ ਨੇ ਉਹਨਾਂ ਦਾ ਜਿਹੜਾ ਫਿਊਚਰ ਆ ਉਹ ਸਾਡੀਆਂ ਪ੍ਰੈਪਰੇਸ਼ਨਸ ਦੇ ਨਾਲ ਜੁੜਿਆ ਹੋਇਆ ਔਰ ਇਹੀ ਅਸੀਂ ਬੇਨਤੀ ਮੰਤਰੀ ਸਾਹਿਬ ਨੂੰ ਕੀਤੀ ਹੈ ਵੀ ਜਦੋਂ ਤੁਸੀਂ ਸਿਨੇਮਾ ਹਾਲ ਖੋਲ੍ਹ ਸਕਦੇ ਹੋ ਤਾਂ ਮੇਰੇ ਖਿਆਲ ਦੇ ਵਿੱਚ ਸਿਨੇਮਾ ਹਾਲ ਨਾਲੋਂ ਫਿਲਮਾਂ ਨਾਲੋਂ ਪੜ੍ਹਾਈ ਜ਼ਿਆਦਾ ਜ਼ਰੂਰੀ ਹੈ ਜੀ ਹਰ ਵਰਗ ਦੇ ਲਈ ਔਰ ਗਵਰਨਮੈਂਟ ਨੂੰ ਇਹ ਕੰਸਿਡਰ ਕਰਨਾ ਚਾਹੀਦਾ ਸੀਗਾ ਔਰ ਇਹ ਬੜੀ ਹੈਰਾਨੀ ਦੀ ਗੱਲ ਹੈ ਕਿ ਗਵਰਨਮੈਂਟ ਨੇ ਸਾਨੂੰ ਬਾਰਸ ਦੇ ਨਾਲ ਜੁੜਿਆ ਹੋਇਆ ਮਤਲਬ ਦਿਲ ਦੁਖ ਬਾਰ ਬੰਦ ਨੇ ਐਜੂਕੇਸ਼ਨਲ ਇੰਸਟੀਟਿਊਟਸ ਬੰਦ ਨੇ ਬਾਕੀ ਸਾਰਾ ਕੁਝ ਖੁੱਲਾ ਔਰ ਸਭ ਤੋਂ ਵੱਡੀ ਗੱਲ ਜਿਹੜੀ ਦੁੱਖ ਦਿੰਦੀ ਆ ਇਹ ਕਹਿੰਦੇ ਨੇ ਕਿ ਹਰ ਚੀਜ਼ 50% ਕਪੈਸਿਟੀ ਨਾਲ ਵੀ ਵੀ ਹੈਵ ਓਪਨਡ ਹਨਾ ਤੁਸੀਂ ਮੈਨੂੰ ਇੱਕ ਚੀਜ਼ ਦਿਖਾਓ ਕਿਹੜੀ 50% ਕਪੈਸਿਟੀ ਨਾਲ ਚਲੋ ਆਪਾਂ ਪੀਵੀਆਰ ਚਲਦੇ ਆਂ ਲਾਂਟੇ ਚ ਚਲਦੇ ਆਂ ਆਪਾਂ ਨਾਰਥ ਕੰਟਰੀ ਮਾਲ ਤੇ ਚਲਦੇ ਆਂ ਮੈਨੂੰ ਦਿਖਾਓ ਕਿਹੜੀ ਆਡੀ ਆ ਜਿਹਦੇ ਚ 50% ਆਡੀਅנס ਵਧਾਈ ਹੋਈ ਆ ਔਰ ਕਿੱਥੇ ਕਿਹੜੀਆਂ ਕਰੋਨਾ ਦੀਆਂ ਪ੍ਰੋਟੋਕੋਲਸ ਫਾਲੋ ਹੁੰਦੀਆਂ ਨੇ ਅਸੀਂ ਪੜਿਆ ਲਿਖਿਆ ਵਰਗਾਂ ਸਾਡੇ ਕੋਲ ਪੜ੍ਹੇ ਲਿਖੇ ਲੋਕ ਆਉਂਦੇ ਨੇ ਔਰ ਅਸੀਂ ਸਾਰੀਆਂ ਪ੍ਰੋਟੋਕਾਲਸ ਫਾਲੋ ਕਰਦੇ ਆਂ ਏਹੀ ਬੇਨਤੀ ਅਸੀਂ ਮੰਤਰੀ ਸਾਹਿਬ ਨੂੰ ਕੀਤੀ ਆ ਵੀ ਦੇਖੋ ਜੀ ਸਾਨੂੰ ਜਦੋਂ ਤੁਸੀਂ ਬਾਕੀਆਂ ਨੂੰ ਕੰਮ ਕਰਨ ਦਾ ਅਧਿਕਾਰ ਦਿੱਤਾ ਸਾਨੂੰ ਵੀ ਦੇ ਦਿਓ ਏਹੀ ਬੇਨਤੀ ਲੈ ਕੇ ਆਏ ਸੀਗੇ ਮੈਡਮ ਜਦੋਂ ਤੁਸੀਂ ਬੇਨਤੀ ਕੀਤੀ ਆ ਅੱਗੇ ਮੰਤਰੀ ਸਾਹਿਬ ਦਾ ਕੀ ਜਵਾਬ ਹੈ ਉਹਨਾਂ ਨੇ ਆਸ਼ਵਾਸਨ ਦਿੱਤਾ ਹੈ ਕਿ ਉਹ ਜਿਹੜੇ ਹੋ ਨਵੇਂ ਇਨਸਟਰਕਸ਼ਨਸ ਆਣਗੇ ਇੱਕ ਦੋ ਦਿਨਾਂ ਚ ਉਹ ਲੋਕ ਸਾਨੂੰ ਜਿਹੜਾ ਹੈਗਾ ਕੋਚਿੰਗ ਸੈਂਟਰਸ ਵਗੈਰਾ ਨੂੰ ਖੋਲ ਦੇਣਗੇ ਆਪਾਂ ਇਹ ਉਮੀਦ ਕਰ ਸਕਦੇ ਆਂ ਵੀ ਹੁਣ ਜਿਹੜਾ ਨਵੇਂ ਵੀ ਇਨਸਟਰਕਸ਼ਨਸ ਆਣਗੇ ਉਸ ਚ ਕੋਚਿੰਗ ਸੈਂਟਰਸ ਨੂੰ ਵੀ ਇਨਵੋਲ ਕੀਤਾ ਜਾਏ ਬਿਲਕੁਲ ਹੋਣਾ ਚਾਹੀਦਾ ਇਹਨੂੰ ਤੁਸੀਂ ਕੋਚਿੰਗ ਸੈਂਟਰਸ ਨਾ ਕਹੋ ਕੋਚਿੰਗ ਸੈਂਟਰਸ ਅਲੱਗ ਚੀਜ਼ ਹੈ ਆਇਲਟਸ ਆਇਲਟਸ ਕੋਚਿੰਗ ਅਲੱਗ ਚੀਜ਼ ਹੈ ਪਲੀਜ਼ ਉਹ ਦੋਨਾਂ ਨੂੰ ਹੁਣ ਹੁਣ ਜਿਹੜਾ ਮੰਤਰੀ ਸਾਹਿਬ ਨੇ ਆਸ਼ਵਾਸ਼ਣ ਦਿੱਤਾ ਉਸ ਚ ਇਹ ਕਿਹਾ ਵੀ ਆਇਲਟਸ ਖੋਲ ਦਿੱਤੇ ਜਾਣਗੇ ਜਾਂ ਕੋਚਿੰਗ ਸੈਂਟਰ ਆਇਲਟਸ ਇੰਸਟੀਚਿਊਟ ਆਇਲਟਸ ਇੰਸਟੀਚਿਊਟ ਚਲੋ ਇੱਕ ਬਹੁਤ ਵੱਡੀ ਕਾਮਯਾਬੀ ਹੈ ਸਾਡੇ ਲਈ ਥੈਂਕ ਯੂ ਸੋ ਮੱਚ ਥੈਂਕ ਯੂ ਇੱਕ ਪੰਜਾਬ ਦੇ ਬੱਚਿਆਂ ਲਈ ਇੱਕ ਖੁਸ਼ਖਬਰੀ ਹੈ ਇਹ ਕੀ ਮੰਤਰੀ ਸਾਹਿਬ ਨੇ ਆਸ਼ਵਾਸ਼ਣ ਦਿੱਤਾ ਹੈ ਵੀ ਜਿਹੜੇ ਆਇਲਟਸ ਕੋਚਿੰਗ ਸੈਂਟਰ ਆ ਇਹ 1-2 ਦਿਨ ਚ ਜਿੰਨੀ ਵੀ ਨਵੀਂ ਗਾਈਡਲਾਈਨਸ ਆਣਗੀਆਂ ਉਸ ਚ ਇਹਨਾਂ ਨੂੰ ਸ਼ਾਮਿਲ ਕੀਤਾ ਜਾਏਗਾ ਔਰ 50% ਕਪੈਸਿਟੀ ਨਾਲ ਇਹਨਾਂ ਨੂੰ ਖੋਲਣ ਦੇ ਜਿਹੜੇ ਆ ਇਜਾਜ਼ਤ ਦੇ ਦਿੱਤੀ ਜਾਏਗੀ ਮੈਂ ਦਿਨੇਸ਼ ਕੋਹਲ ਕੈਮਰਾਮੈਨ 우ਮਾ ਯਾਦਵ ਦੇ ਨਾਲ ਦੈਨਿਕ ਸਵੇਰਾ ਟੀਵੀ ਲਈ ਚੰਡੀਗੜ੍ਹ ਤੋਂ 올 ਵਨਡ ఓਪਨ ਚੈਲੰਜ 17 ਟਾਈਮ ਗੋਲਡ ਮੈਡਲਿਸਟ ਮੀਆਂ रफीक ਮੁਹੰਮਦ ਪੰਡਿਤ ਮੌਲਵੀ ਬੇਗਮ ਤਾਂਤਰਿਕ ਇਹਨਾਂ ਚੋਰਾ ਠੱਗਾ ਤੋਂ ਸਾਵਧਾਨ ਸਪੈਸ਼ਲਿਸਟ ਵਸ਼ੀਕਰਨ ਸੱਟਾ ਨੰਬਰ ਲਵ ਮੈਰਿਜ पति पत्नी च विदेश च पक्का होना कारोबार दा ना चलना सिर्फ इकती घंटिया फ्री 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 मिया रफीक मोहम्मद मोबाइल चौरासी तीन सौ चुहत्तर चोरवे छे सौ संताली चौरासी तीन सौ चुहत्तर चोरवे छे सौ अड़ताली